ਸਤਿ ਸ਼੍ਰੀ ਅਕਾਲ ਸਾਰੇ ਹੀ ਵੀਰਾਂ ਨੂੰ ਜਿਹੜੇ ਫੇਸਬੁੱਕ ਜਾਂ ਸੋਸ਼ਲ ਮੀਡੀਆ 'ਤੇ ਜਾਂ ਵਟਸਐਪ 'ਤੇ ਇੱਕ ਦੂਜੇ ਨੂੰ ਵੀਡੀਓ ਸੈਂਡ ਕਰਦੇ ਆ, ਇਹਨਾਂ ਦੇ ਸਾਰੇ ਵੀਰਾਂ ਦੇ ਚਰਨਾਂ 'ਚ ਮੇਰੀ ਬੇਨਤੀ ਆ ਵੀ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸ਼ੇਅਰ ਕਰਨ ਦੇ ਨਾਲ ਹੋ ਸਕਦਾ ਕਿਸੇ ਮੀਡੀਆ ਕਰਮੀ ਦੇ ਕੋਲ ਇਹ ਵੀਡੀਓ ਜਾਵੇ, ਮੀਡੀਆ ਵਾਲਿਆਂ ਦੇ ਕੋਲ ਜਾਵੇ, ਜਾਂ ਕਿਸੇ ਸਰਕਾਰ ਦੇ ਕਿਸੇ ਬੰਦੇ ਕੋਲ ਜਾਵੇ, ਹੋ ਸਕਦਾ ਕਿਸੇ ਪਾਕਿਸਤਾਨ ਵਾਲੇ ਵੀਰ ਦੇ ਕੋਲ ਵੀ ਜਾਵੇ। ਸਾਰਿਆਂ ਤੋਂ ਪਹਿਲਾਂ ਨਾ ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਅੰਦਰ ਬੈਠਾ ਆਪਣੇ ਕਮਰੇ 'ਚ ਨਿਊਜ਼ ਵੇਖਣ ਡਿਆ ਸੀਗਾ ਟੀ ਵੀ ਚੈਨਲ 'ਤੇ। ਸਾਡੇ ਮੀਡੀਆ ਦਾ ਦੇਸ਼ ਦੇ ਦਾ ਇੰਨਾ ਬੇੜਾ ਗਰਕ ਹੋ ਗਿਆ ਨਾ ਵੀ ਹੱਦੋਂ ਹੀ ਪਰਾਂ। ਇਹ ਅੱਜ ਕਹੀ ਜਾਣ ਡਿਆ ਕਿ ਅਭਿਨੰਦਨ ਜਿਹੜਾ ਆ ਉਹਨੂੰ ਛੱਡਣ ਲੱਗਾ ਪਾਕਿਸਤਾਨ ਇਸ ਕਰਕੇ ਵੀ ਉਹ ਝੁੱਕ ਗਿਆ। ਪਹਿਲਾਂ ਤਾਂ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਝੁੱਕਦਾ ਉਹ ਹੁੰਦਾ ਜਿਹਦੇ ਵਿੱਚ ਜਾਨ ਹੁੰਦੀ ਆ, ਮੁਰਦੇ ਆਕੜਦੇ ਹੁੰਦੇ ਆ ਮੋਦੀ ਵਰਗੇ, ਜਿਹੜੇ ਵੋਟਾਂ ਵਾਸਤੇ ਐਡੀ ਐਡੀ ਘਟੀਆ ਰਾਜਨੀਤੀ ਕਰਦੇ ਆ। ਅੱਜ ਉਹ ਛੱਡਣ ਲੱਗੇ ਆ ਸਾਡੇ ਪਾਇਲਟ ਨੂੰ ਅਭਿਨੰਦਨ ਨੂੰ, ਤਾਂ ਇਹ ਕਹਿ ਰਿਹਾ ਕਿ ਪਾਕਿਸਤਾਨ ਝੁੱਕ ਗਿਆ। ਉਹ ਝੁਕਿਆ ਨਹੀਂ ਵੀਰ, ਉਹਨਾਂ ਦੇ ਵਿੱਚ ਇਨਸਾਨੀਅਤ ਜਿੰਦਾ ਆ, ਉਹ ਨਹੀਂ ਚਾਹੁੰਦੇ ਇੱਕ ਪਤਖਾਨਾ, ਉਹ ਨਹੀਂ ਚਾਹੁੰਦੇ ਕਿ ਲੜਾਈ ਹੋਵੇ ਅਤੇ ਇੰਨਾ ਨੁਕਸਾਨ ਹੋਵੇ। ਸਿਰਫ ਇੱਕ ਮੋਦੀ ਚਾਹੁੰਦਾ ਆ ਕਿ ਮੋਦੀ ਕੋਈ ਚਾਰਾ ਨਹੀਂ ਹੈਗਾ ਹੋਰ ਵੀ ਵੋਟਾਂ ਹਾਸਲ ਕਰਨ ਦਾ। ਉਹਨੇ ਇੱਕ ਪਾਕਿਸਤਾਨ ਨੂੰ ਟੁਚਰ ਬਣਾਇਆ ਆ ਵੀ ਪਾਕਿਸਤਾਨ ਦੇ ਖਿਲਾਫ ਬੋਲੋ, ਭੜਕਾਓ ਲੋਕਾਂ ਨੂੰ, ਆਪ ਇਹ ਚੁਣਾਵੀ ਰੈਲੀਆਂ ਕਰਨ ਡਿਆ ਆ। ਦੂਜੀਆਂ ਪਾਰਟੀਆਂ ਨੂੰ ਇਹਨੇ ਇਕੱਠਾ ਕਰਕੇ ਬਿਠਾਇਆ ਹੋਇਆ ਸਾਰੀਆਂ ਨੂੰ ਵੀ ਇਹ 'ਤੇ ਆਪਾਂ ਵਿਚਾਰ ਕਰੀਏ ਸਾਰੇ ਜਣੇ ਰਲ ਕੇ। ਅੱਜ ਸਾਡਾ ਮੀਡੀਆ ਉੱਥੇ ਵਾਹਗੇ ਬਾਰਡਰ 'ਤੇ ਢੋਲ ਮਟੱਕੇ ਇਕੱਠੇ ਕਰੀ ਫਿਰਦੇ, ਭੰਗੜੇ ਪੈਣ ਡਏ ਆ ਵੀ ਅਭਿਨੰਦਨ ਨੇ ਆਉਣਾ। ਅੱਜ ਇਹਨਾਂ ਨੂੰ ਉਹ ਭੁੱਲ ਗਏ 44 ਜਣੇ ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਮਾਵਾਂ ਦੀ ਕੀਰਨੇ ਭੁੱਲ ਗਏ, ਉਹ ਛੋਟੇ ਛੋਟੇ ਬੱਚੇ ਜਿਹੜੇ ਆਪਣੇ ਪਿਓਆਂ ਦੀਆਂ ਅਰਥੀਆਂ ਦੇ ਅੱਗੇ ਖਲੋ ਕੇ, ਲਾਸ਼ਾਂ ਦੇ ਅੱਗੇ ਖਲੋ ਕੇ ਸਲੂਟ ਮਾਰਨ ਡਏ ਸੀ, ਉਹ ਭੁੱਲ ਗਏ। ਇਹਨਾਂ ਨੂੰ ਸਿਰਫ ਇੱਕ ਟੁਚਰ ਚਾਹੀਦਾ, ਲੋਕਾਂ ਨੂੰ ਤਮਾਸ਼ਾ ਚਾਹੀਦਾ ਵਿਖਾਉਣ ਨੂੰ, ਇਹਨਾਂ ਨੂੰ ਅੱਜ ਭੁੱਲ ਗਏ ਲੋਕ। ਅੱਜ ਇਹਨਾਂ ਨੂੰ ਭੰਗੜੇ ਯਾਦ ਆਉਣ ਡਏ, ਅੱਜ ਵੀ ਅਸੀਂ ਭੰਗੜੇ ਪਾਈਏ। ਇਹ ਜਨੇਵਾ ਸੰਧੀ, ਮੈਂ ਜਨੇਵਾ ਸੰਧੀ ਬਾਰੇ ਦੱਸਦਾ ਇਹਨਾਂ ਨੂੰ, ਮੀਡੀਆ ਵਾਲਿਆਂ ਨੂੰ ਸ਼ਾਇਦ ਭੁੱਲ ਗਏ ਆ। ਜਨੇਵਾ ਸੰਧੀ ਦੇ ਤਹਿਤ ਉਦੋਂ ਸਿਪਾਹੀ ਛੱਡਣੇ ਲਾਗੂ ਹੁੰਦੇ ਆ ਜਦੋਂ ਵਾਰ ਡਿਕਲੇਅਰ ਹੁੰਦੀ ਆ, ਜਦੋਂ ਕੋਈ ਦੋ ਜਾਂ ਚਾਰ ਜਾਂ ਕੋਈ ਦੇਸ਼ ਲੜਾਈ ਲੜਨ ਡਏ ਹੁੰਦੇ ਆ, ਜਨੇਵਾ ਸੰਧੀ ਉੱਥੇ ਲਾਗੂ ਹੁੰਦੀ ਆ। ਜਿਹੜੇ 94 ਦੇਸ਼ਾਂ ਨੇ ਜਨੇਵਾ ਸੰਧੀ ਕੀਤੀ ਹੈ ਨਾ ਕਿ ਜਿਹੜੇ ਜੰਗੀ ਕੈਦੀ ਆ ਉਹਨਾਂ ਨੂੰ ਬਾਇਜ਼ਤ ਰਿਹਾ ਕਰਨਾ ਜੰਗ ਦੇ ਵਿੱਚ। ਹੁਣ ਕੋਈ ਜੰਗ ਨਹੀਂ ਲੱਗੀ, ਸਾਡਾ ਪਾਇਲਟ ਉੱਧਰ ਚਲ ਗਿਆ, ਠੀਕ ਆ, ਉਹ ਉੱਧਰੋਂ ਆਏ ਜਹਾਜ਼ਾਂ ਨੂੰ ਡੱਕਣ ਡਿਆ ਜਾਂ ਆਪਣੇ ਡਿਫੈਂਸ ਦੇ ਵਿੱਚ ਲੜਦਾ ਲੜਦਾ ਉੱਧਰ ਜਾ ਡਿੱਗ ਗਿਆ, ਬਚ ਗਿਆ। ਇਹੀ ਪਾਕਿਸਤਾਨ ਨੂੰ ਅੱਜ ਕਹਿਣ ਡੇ ਝੁੱਕ ਗਿਆ, ਇਹ ਪਾਕਿਸਤਾਨ ਝੁੱਕ ਗਿਆ ਤਾਂ ਸਾਡੇ ਡਰ ਗਿਆ, ਤਾਂ ਸਾਡੇ ਪਾਇਲਟ ਨੂੰ ਛੱਡਣ ਲੱਗੇ ਆ। ਇਸੇ ਮੀਡੀਆ ਨੇ ਜੇ ਉਹ ਅੱਖਾਂ ਕੱਢ ਕੇ ਕੰਨ ਵੱਢ ਕੇ ਧੌਣ ਵੱਢ ਕੇ ਉਹਦੀ ਇੱਧਰ ਭੇਜ ਦਿੱਤੇ, ਇਹਨਾਂ ਕਹਿਣਾ ਸੀਗਾ ਵੀ ਉਹ ਕਾਇਰ ਆ, ਉਹਨੇ ਕਾਇਰਾਂ ਨਾਲ ਹਰਕਤ ਕੀਤੀ ਆ। ਇਹ ਪਾਕਿਸਤਾਨ ਆ ਵਹਿਸ਼ਾਨਾ ਦਰਿੰਦਗੀ ਕਰ ਰਿਹਾ ਆ, ਉਹਨੇ ਸਾਡੇ ਸਿਪਾਹੀ ਨਾਲ ਹੱਲ ਕੀਤਾ, ਹੁਣ ਇਹ ਕਹਿਣ ਡਿਆ ਪਾਕਿਸਤਾਨ ਝੁੱਕ ਗਿਆ। ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ। ਮੇਰੀ ਮੀਡੀਆ ਨੂੰ ਬੇਨਤੀ ਆ ਵੀ ਇਹ ਇੱਦਾਂ ਆਪਣੀ ਜਿਹੜੀ ਆ ਨਾ ਇਹਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਰਹੋ, ਇਹ ਤੁਸੀਂ ਬੇਹੱਦੋਂ ਪਰਾਂ ਜਾ ਰਹੇ ਜੇ। ਮੈਂ ਆਪਣੇ ਦੇਸ਼ ਦੇ ਜਿਹੜੇ ਪੜ੍ਹੇ ਲਿਖੇ ਵੀਰ ਆ ਨਾ ਜਾਂ ਬੁੱਧੀਜੀਵ ਨੇ, ਉਹਨਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਕੋਈ ਗਲਤ ਕੰਮ ਹੁੰਦਾ ਨਾ, ਜਿਸ ਤਰ੍ਹਾਂ ਮੀਡੀਆ ਮੋਰਚਾ ਖੋਲ੍ਹਦਾ ਉਹਦੇ ਉਲਟ, ਹੁਣ ਸਾਡੇ ਦੇਸ਼ ਦਾ ਮੀਡੀਆ ਬਿਲਕੁਲ ਵਿਕ ਚੁੱਕਾ ਜੇ। ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਇਸ ਮੀਡੀਆ ਦੇ ਖਿਲਾਫ਼ ਮੋਰਚਾ ਖੋਲ੍ਹੋ, ਨਹੀਂ ਤਾਂ ਦੇਸ਼ ਦਾ ਬੇੜਾ ਗਰਕ ਹੋ ਜਾਣਾ ਜੀ। $60 ਬਿਲੀਅਨ ਦੇ ਹਥਿਆਰ ਖਰੀਦਣ ਡਏ ਅਸੀਂ ਹਰ ਸਾਲ। ਸਕੂਲਾਂ ਦੇ ਵਿੱਚ ਆ ਕੇ ਵੇਖ ਲਓ ਟੀਚਰਾਂ ਦੇ, ਉੱਥੇ ਪਟਿਆਲੇ ਵੇਖੋ ਕਿੱਦਾਂ ਡਾਂਗਾਂ ਵੱਜਣ ਡੀਆਂ। ਇਹ ਜਿਹੜੇ $60 ਬਿਲੀਅਨ ਆ ਉਹਨਾਂ 'ਤੇ ਖਰਚ ਕਰੋ, ਹਸਪਤਾਲਾਂ ਦੇ ਵਿੱਚ ਡਾਕਟਰ ਇੰਨੀ ਹੈ, ਇਹ $60 ਬਿਲੀਅਨ ਉਹਨਾਂ 'ਤੇ ਖਰਚ ਕਰੋ। ਗੁਰਬਤ ਨੂੰ ਦੂਰ ਕਰਨ ਵਾਸਤੇ $60 ਬਿਲੀਅਨ ਖਰਚ ਕਰੋ, ਇੱਕ ਦੂਸਰੇ ਨੂੰ ਨੀਚਾ ਵਿਖਾਉਣ ਵਾਸਤੇ ਕਿ ਸਾਡੇ ਕੋਲ ਹਥਿਆਰ ਜ਼ਿਆਦਾ ਨੇ। ਉਹ $8 ਬਿਲੀਅਨ ਦੇ ਪਾਕਿਸਤਾਨ ਵਾਲੇ ਵਿਚਾਰੇ ਖਰੀਦਣ ਡਏ ਆ, ਉਹਨਾਂ ਨੂੰ ਇਹਨਾਂ ਤੋਂ ਡਰਦਿਆਂ ਖਰੀਦਣੇ ਪੈਣ ਡਏ ਆ। ਹਾਲ ਤਾਂ ਆਪਾਂ ਨੂੰ ਵੀ ਪਤਾ ਪਾਕਿਸਤਾਨ 'ਚ ਕੀ ਹੋਣ ਡਿਆ। ਠੀਕ ਆ, ਉੱਥੇ ਕੁਝ ਕੱਟੜਵਾਦੀਆਂ ਨੇ ਉਹਨਾਂ ਦੇ ਸਮਾਜਿਕ ਤੱਤਾਂ 'ਤੇ ਕਬਜ਼ਾ ਕੀਤਾ ਹੋਇਆ, ਲੋਕ ਇਸ ਗੱਲ ਨੂੰ ਸਮਝ ਨਹੀਂ, ਅਨਪੜ੍ਹਤਾ ਦੇ ਕਾਰਨ ਸਮਝ ਨਹੀਂ ਪਾਉਣ ਡਏ। ਉਹ ਉਹਨਾਂ ਦਾ ਮਸਲਾ ਹੈ, ਆਪੇ ਹੱਲ ਕਰਨਗੇ। ਇੱਦਾਂ ਨਾ ਕਰੋ,
सारे जने रल के चलो, वोटां दी राजनीति खातर आ देश नूं जंग वाले बन्ने ना धक्को। सारयां नूं पता जे जंग एक बंदा कहण डिया सी नहीं लड़ना नहीं लड़ना, तुसीं वेख लिओ अपने समाज दे विच कोई ना कहे मैं नहीं लड़ना, जबरदस्ती उहदे नाल लड़ीए ते फिर उह अक्खां सड़िया पवे गल ते फिर किन्ना नुकसान करदा है आपां सारयां नूं पता। उन्हां 44 शहीदां नूं याद करो जिन्हां ने थोड़े दिन पहलां कुरबानी दित्ती आ, बेवजह मारे गए ने किसी एक नौजवान की गलती दे नाल। अज ढोल वजाउण दा मौका नहीं है साडे को, अज अभिनंदन आउण डिया ते भंगड़े पाईए दिवाली मनाई जावे देश च, नहीं। उन्हां 44 नूं वी याद रखो ते ए मीडिया दे खिलाफ थोड़ा मोर्चा खोलो, ये मीडिया ने अपने देश दा बेड़ा गर्क कर देना जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਓਕੇ।